ਆਖਿਰਕਾਰ ਜਲਾਲਾਬਾਦ ਹਲਕੇ ਦੇ ਵਿੱਚੋਂ ਕਾਂਗਰਸੀ ਉਮੀਦਵਾਰ ਆਂਵਲਾ ਦੀ ਜਿੱਤ ਹੋ ਚੁੱਕੀ ਹੈ ਅਤੇ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਕਿ ਕਿਸ ਤਰ੍ਹਾਂ ਜਲਾਲਾਬਾਦ ਦੇ ਵਿੱਚ ਕਾਂਗਰਸੀ ਆਗੂਆਂ ਦੇ ਵੱਲੋਂ ਵਰਕਰਾਂ ਦੇ ਵਿੱਚ ਖੁਸ਼ੀ ਹੈ ਅਤੇ ਆਂਵਲਾ ਉਮੀਦਵਾਰ ਜੋ 16,751 ਵੋਟਾਂ 'ਤੇ ਉਹਨਾਂ ਜਿੱਤ ਹਾਸਿਲ ਕੀਤੀ ਹੈ ਹਾਲਾਂਕਿ ਅਕਾਲੀ ਦਲ ਅਤੇ ਆਜ਼ਾਦ ਉਮੀਦਵਾਰ ਗੋਲਡੀ ਵੱਲੋਂ ਆਰੋਪ ਲਗਾਏ ਗਏ ਸਨ ਕਿ ਕਾਂਗਰਸ ਪਾਰਟੀ ਵੱਲੋਂ ਧੱਕਾ ਕੀਤਾ ਗਿਆ ਹੈ ਸ਼ਰੇਆਮ ਉਲੰਘਣਾ ਕਰਕੇ ਪਿੰਡਾਂ ਦੇ ਵਿੱਚ ਪੈਸੇ ਵੰਡੇ ਗਏ ਨੇ ਜਿਸ ਨੂੰ ਲੈ ਕੇ ਕਾਂਗਰਸ ਦੇ ਜੇਤੂ ਰਹੇ ਉਮੀਦਵਾਰ ਆਂਵਲਾ ਵੱਲੋਂ ਸਿਰੇ ਤੋਂ ਜਿੱਥੇ ਇਹ ਸਾਰੇ ਦੋਸ਼ਾਂ ਨੂੰ ਨਕਾਰਿਆ ਹੈ ਉੱਥੇ ਹੀ ਉਹਨਾਂ ਉਲਟਾ ਅਕਾਲੀ ਦਲ 'ਤੇ ਇਲਜ਼ਾਮ ਲਗਾਏ ਨੇ ਕਿ ਅਕਾਲੀ ਦਲ ਵੱਲੋਂ ਖੁਦ ਉਲੰਘਣਾ ਕਰਕੇ ਪੈਸੇ ਵੰਡੇ ਗਏ ਸਨ ਜਿਸ ਨੂੰ ਲੈ ਕੇ ਉਹਨਾਂ ਕਿਹਾ ਕਿ ਉਹਨਾਂ ਦਾ ਲੋਕਾਂ ਪ੍ਰਤੀ ਭਰਪੂਰ ਪਿਆਰ ਹੈ ਜਿਸਦੇ ਸਦਕਾ ਅੱਜ ਉਹ ਇਹ ਵੱਡੀ ਜਿੱਤ ਹਾਸਲ ਕਰ ਸਕੇ ਨੇ ਤਸਵੀਰਾਂ ਤੁਹਾਡੇ ਸਾਹਮਣੇ ਜਲਾਲਾਬਾਦ ਤੋਂ ਜਲਾਲਾਬਾਦ ਦੇ ਵਿੱਚ ਕਾਂਗਰਸੀ ਉਮੀਦਵਾਰ 16,751 ਵੋਟਾਂ 'ਤੇ ਜਿੱਤ ਹਾਸਲ ਕਰਦੇ ਨੇ ਅਤੇ ਇਸ ਸਮੇਂ ਜਸ਼ਨ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਜਲਾਲਾਬਾਦ ਵਿਖੇ ਤਸਵੀਰਾਂ ਤੁਹਾਡੇ ਸਾਹਮਣੇ ਕਿ ਕਿਸ ਤਰ੍ਹਾਂ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਕੇ ਲੱਡੂਆਂ ਦੇ ਨਾਲ ਅਤੇ ਢੋਲ ਦੀ ਥਾਪ ਤੇ ਨੱਚ ਕੇ ਭੰਗੜੇ ਪਾ ਕੇ ਖੁਸ਼ੀ ਮਨਾਈ ਜਾ ਰਹੀ ਹੈ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿ ਕਿਸ ਤਰ੍ਹਾਂ ਕਾਂਗਰਸੀ ਸਮਰਥਕ ਖੁਸ਼ ਦਿਖਾਈ ਦੇ ਰਹੇ ਨੇ ਅਤੇ ਵਧਾਈ ਦੇ ਰਹੇ ਨੇ ਜੇਤੂ ਰਹੇ ਆਂਵਲਾ ਨੂੰ ਭਾਰੀ ਉਤਸ਼ਾਹ ਇਸ ਸਮੇਂ ਜਲਾਲਾਬਾਦ ਦੇ ਵਿੱਚ ਦੱਸ ਦਈਏ ਕਿ 12 ਸਾਲ ਬਾਅਦ ਜਲਾਲਾਬਾਦ ਹਲਕੇ ਦੇ ਵਿੱਚ ਕਾਂਗਰਸੀਆਂ ਨੂੰ ਖੁਸ਼ੀ ਹੋਈ ਹੈ ਸਾਡੇ ਨਾਲ ਨੌਜਵਾਨ ਮੌਜੂਦ ਨੇ ਕੀ ਕਹੋਗੇ 12 ਸਾਲ ਬਾਅਦ ਜਿੱਤ ਹਾਸਲ ਹੋਈ ਹੈ 2002 ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਅਸੀਂ ਅੱਜ ਅਕਾਲੀ ਦਲ ਦੀ ਜੜ੍ਹ ਪੱਟੀ ਹੈ ਜਲਾਲਾਬਾਦ ਦੇ ਹਲਕੇ ਦੇ ਵਿੱਚੋਂ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਕੀ ਉਮੀਦਾਂ ਨੇ ਨੌਜਵਾਨਾਂ ਦੀਆਂ ਕੀ ਉਮੀਦਾਂ ਨੇ ਬਹੁਤ ਜ਼ਿਆਦਾ ਬਾਈ ਜੀ ਹਰੇਕ ਪਾਸੇ ਬਾਈ ਜੀ ਨੇ ਦੂਜਾ ਰੋਜ਼ਗਾਰ ਦੇਣ ਦੇ ਵਾਅਦੇ ਕੀਤੇ ਨੇ ਪਹਿਲਾ ਗੱਲ ਹੈ ਜਿਹੜਾ ਨਸ਼ੇ ਦਾ ਮੁੱਦਾ ਜਿਹੜਾ ਬਾਈ ਜੀ ਨੇ ਪਹਿਲਾ ਕੰਮ ਸ਼ੁਰੂਆਤ ਕਰਨੀ ਹੈ ਨਸ਼ੇ ਦੇ ਮੁੱਦੇ ਤੋਂ ਕੈਪਟਨ ਵੱਲੋਂ ਵੀ ਇਹੀ ਗੱਲ ਕਹੀ ਗਈ ਸੀ ਗੁਟਕਾ ਸਾਹਿਬ ਫੜ ਕੇ ਕੀ ਲੱਗਦਾ ਕਿ ਨਸ਼ਾ ਬਿਲਕੁਲ ਖਤਮ ਕਰਨਗੇ ਜਾਂ ਫਿਰ ਕੈਪਟਨ ਵੱਲੋਂ ਵਾਅਦਾ ਹੀ ਹੋਏਗਾ ਇੱਕ ਲੋਕਾਂ ਨਾਲ ਨਹੀਂ ਬਾਈ ਜੀ ਬਿਲਕੁਲ ਜਦੋਂ ਖਤਮ ਕਰਾਂਗੇ ਇਹ ਬਾਈ ਜੀ ਦਾ ਪਹਿਲਾ ਵਾਅਦਾ ਤੁਹਾਨੂੰ ਕੀ ਲੱਗਦਾ ਕਿ ਨਸ਼ਾ ਖਤਮ ਹੋ ਪਾਏਗਾ ਨਸ਼ਾ ਖਤਮ ਹੋਏਗਾ ਜੀ ਇਹ ਆਵਲਾ ਸਾਹਿਬ ਆਏ ਨੇ ਇਹ ਸ਼ਹਿਰ ਦਾ ਬਹੁਤ ਸੁਧਾਰ ਕਰਨਗੇ ਬਹੁਤ ਅੱਛੇ ਬੰਦੇ ਨੇ ਜੀ ਥੈਂਕ ਯੂ ਕਿੰਨੇ ਸਾਲਾਂ ਬਾਅਦ ਜਿੱਤ ਜਿਹੜੀ ਹੈਗੀ ਆ ਕਾਂਗਰਸ ਦੀ ਮਿਲੀ ਆ ਇਹ 25 ਸਾਲਾਂ ਬਾਅਦ ਹੋਈ ਹੈ ਜਿੱਤ ਜੀ 25 ਸਾਲਾਂ ਬਾਅਦ ਜੀ ਹਾਂਜੀ ਕਾਫੀ ਸਮਾਂ ਹੋ ਚੁੱਕਿਆ ਤੁਹਾਡਾ ਕੀ ਕਹਿਣਾ ਆਵਲਾ ਸਾਹਿਬ ਜਿੱਤ ਗਏ ਨੇ ਸਾਰੇ ਜੋ ਵਾਅਦੇ ਕੀਤੇ ਨੇ ਸਾਰੇ ਕੰਮ ਕਰਨਗੇ ਨਸ਼ਾ ਖਤਮ ਕਰਨ ਦੀ ਗੱਲ ਕਹਿ ਰਹੇ ਨੇ ਹਾਲੇ ਤੱਕ ਕੈਪਟਨ ਵੱਲੋਂ ਵੀ ਕਿਹਾ ਗਿਆ ਸੀ ਕਿ ਨਸ਼ਾ ਖਤਮ ਹੋਏਗਾ ਪਰ ਲੱਗਦਾ ਕਿ ਹੁਣ ਹਲਕੇ ਦੇ ਵਿੱਚੋਂ ਨਸ਼ਾ ਕਰਨ ਦੇ ਵਿੱਚ ਆਂਵਲਾ ਜੀ ਭਰਪੂਰ ਲੋਕਾਂ ਸਾਥ ਦੇਣਗੇ ਵੈਸੇ ਹੀ ਸੀਐਮ ਸਾਹਿਬ ਨੇ ਪੰਜਾਬ 'ਚ ਨਸ਼ਾ ਬਹੁਤ ਹੱਦ ਤੱਕ ਖਤਮ ਕਰਤਾ ਜੇ ਕੁਛ ਮਾੜਾ ਮੋਟਾ ਰਹਿ ਗਿਆ ਜਲਾਲਾਬਾਦ ਦੇ ਵਿੱਚ ਆਂਵਲਾ ਸਾਹਿਬ ਪੂਰਾ ਵਰਕਰਾਂ ਸਾਥ ਦੇਣਗੇ ਇਲਾਕੇ ਦਾ ਸੁਧਾਰ ਕਰਨਗੇ ਜੋ ਬੜੇ ਸਮੇਂ ਤੋਂ ਕਾਂਗਰਸ ਇੱਥੇ ਸੋਕਾ ਸੀ ਇਹ ਆਮ ਜਨਤਾ ਦੀ ਜਿੱਤ ਹੋਈ ਹੈ ਕਿੰਨੇ
ਸਾਲਾਂ ਬਾਅਦ ਜਿੱਤ ਹੋਈ ਆ, ਇਹ ਕਾਫੀ 15-20 ਸਾਲ ਬਾਅਦ ਕਾਂਗਰਸ ਦੀ ਜਿੱਤ ਹੋਈ ਹੈ। ਕੀ ਲੱਗਦਾ ਕਿ ਕਿਤੇ ਉਹੀ ਰਾਗ ਨਾਲ ਆਪਿਆ ਜਾਵੇ, ਖਜ਼ਾਨਾ ਖਾਲੀ ਹੈ, ਕਿ ਲੱਗਦਾ ਕਿ ਹਲਕੇ ਦਾ ਵਿਕਾਸ ਹੋਏਗਾ? ਆਵਲਾ ਸਾਹਿਬ ਦੇ ਵਿੱਚ ਇੱਕ ਜਜ਼ਬਾ ਹੈ, ਲੋਕਾਂ ਦੀ ਸੇਵਾ ਕਰਨ ਦਾ ਸ਼ੌਂਕ ਹੈ, ਉਹ ਲੋਕਾਂ ਦੀ ਸੇਵਾ ਕਰਨਗੇ ਤੇ ਕਾਂਗਰਸ ਪਾਰਟੀ ਦਾ ਆਨ ਸਮਝ ਹੋਰ ਨਾ ਮੁੱਚੇਗਾ। ਬਿਲਕੁਲ ਜ਼ਾਹਿਰ ਜੀ ਗੱਲ ਹੈ ਕਿ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਤੇ ਕਾਂਗਰਸੀ ਆਗੂਆਂ ਦੇ ਵਿੱਚ ਖੁਸ਼ੀ ਦਾ ਆਲਮ ਹੈ। ਖੁਸ਼ੀ ਇਸ ਗੱਲ ਦੀ ਹੈ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਕਾਂਗਰਸ ਨੂੰ ਇਸ ਹਲਕੇ ਦੇ ਵਿੱਚੋਂ ਜਿੱਤ ਮਿਲੀ ਹੈ। 2002 ਦੇ ਵਿੱਚ ਇੱਥੋਂ ਕਾਂਗਰਸ ਦਾ ਉਮੀਦਵਾਰ ਜਿੱਤੇ ਸਨ, ਪਰ ਉਸ ਤੋਂ ਬਾਅਦ ਅੱਜ ਤੱਕ ਕੋਈ ਵੀ ਕਾਂਗਰਸ ਦਾ ਜਿਹੜਾ ਉਮੀਦਵਾਰ ਆ ਉਹ ਨਹੀਂ ਜਿੱਤਿਆ। ਅੱਜ ਦੁਬਾਰਾ ਫਿਰ ਉਹੀ ਸਮਾਂ ਆਇਆ ਤੇ ਕਾਂਗਰਸ ਵੱਲੋਂ ਅੱਜ ਆਮਲਾ ਉਮੀਦਵਾਰ ਜੋ ਕਾਂਗਰਸ ਦੇ ਖੜੇ ਸਨ ਉਹਨਾਂ ਨੂੰ ਜਿੱਤ 16,751 ਵੋਟਾਂ ਦੇ ਨਾਲ ਜਿੱਤ ਹਾਸਲ ਹੋਈ ਹੈ, ਅਤੇ ਲੋਕਾਂ ਦਾ ਮੰਨਣਾ ਹੈ ਕਿ ਹੁਣ ਉਹਨਾਂ ਦੀ ਜੋ ਉਮੀਦਾਂ ਸਨ, ਜੋ ਉਹਨਾਂ ਦੇ ਵਿਕਾਸ ਸਨ, ਉਹ ਪੂਰੇ ਹੋਣਗੇ। ਆਉਣ ਵਾਲਾ ਸਮਾਂ ਦੱਸੇਗਾ ਕਿ ਹਲਕੇ ਦੇ ਵਿੱਚੋਂ ਨਸ਼ਾ ਖਤਮ ਤੇ ਵਿਕਾਸ ਦੀ ਲਹਿਰ ਜਿਹੜੀ ਦੌੜੇਗੀ ਜਾਂ ਨਹੀਂ, ਇਹ ਆਉਣ ਵਾਲਾ ਸਮਾਂ ਦੱਸੇਗਾ। ਜਲਾਲਾਬਾਦ ਤੋਂ ਕੈਮਰਾਮੈਨ ਜਸਪ੍ਰੀਤ ਦੇ ਨਾਲ ਸੁੱਖਾ ਖੇੜੀ ਵਾਲਾ।